चक्र चिहन अर भरन जात अर पात निहन जे रूप रंग अर रेख पेख को कह न सकत के अचल मूर्त अनुभव प्रकाश अमितो यक जय कोट इंद्र इंद्रान साहे साहान गिण जय त्रिपवन मिही सुर नर सुर नेत नेत बन तिरन कहत तै सर्व नाम कथ कवन कर्म नाम भरणत सुमत अस कृपान खंडो खड़ग तुबक तबर यारती सह खुशरोही सह थी जय हमारा पी तीर तुही सह थी तुही तुही तवर तरवार नाम तिहारो जो जपे सिंध पवपार काल तुही काली तुही तुही तेरी अरती तुही निशानी जीत की आज तुही जगवीर खड़ग केत मैं शरण तिहारी आप हाथ दैलिहु उवारी सर्व ठाउर मोह सहाई दुष्ट दोक तेलिहु बचाई नमस्कार श्री खड़ग को करो सहित चितलाय पूर्ण करो ग्रंथ हे तुम है करो सहाय मुकुच रह शास्त्र खट पिंग गिरन चढ़ जाय अंध लख बदरो सुने जाओ काल कृपा कराय कहां बुद्ध प्रव तुच्छ हमारी मरण सके महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी वाहे गुरु साहिब जीओ संगीत नराज छंद कड़ा कड़ी कृपाण्यं जटा जुटी जुआण्यं सो वीर जागड़दं जगे लड़ाक लागड़दं पगे संगीत नराज छंद कड़ा कड़ी कृपाण्यं
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਮਹਾਨ ਸੁੰਦਰ ਦੀਵਾਨ ਸਜਿਆ ਹੋਇਆ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਗ੍ਰੰਥੀ ਸਾਹਿਬਾਨ ਦੇ ਕਰ ਕਵਲਾਂ ਰਾਹੀਂ ਅਦਬ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗ੍ਰੰਥੀ ਸਿੰਘ ਦੀ ਰਚਨਾ ਰਾਹੀਂ ਹੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਜਾਂ ਬਾਣੀ ਦਾ ਜਾਪ ਪਾਠ ਹੋਇਆ ਹੈ। ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬੁਖਾਰ ਬਿੰਦ ਰਾਹੀਂ ਵਿਚਾਰਨ ਕੀਤੀ ਹੋਈ ਵੀਰ ਅਸੀਂ ਬਾਣੀ ਦੀ ਵਿਚਾਰ ਕਰ ਰਹੇ ਹਾਂ। ਜਿਸ ਵੀਰ ਅਸੀਂ ਬਾਣੀ ਨੂੰ ਪੜ੍ਹ ਪੜ੍ਹ ਕੇ ਜਿਹੜੇ ਕੈਰ ਡਰਪੋਕ ਹੈ ਉਹ ਵੀ ਜੰਗੀ ਯੋਧੇ ਬਣ ਜਾਂਦੇ। ਇਸ ਬਾਣੀ ਨੂੰ ਪੜ੍ਹ ਕੇ ਜਿਹੜੇ ਕੈਰ ਡਰਪੋਕ ਹੈ ਉਹ ਵੀ ਸ਼ਸਤਰ ਚੁੱਕ ਕੇ ਜ਼ੁਲਮ ਦਾ ਨਾਸ਼ ਕਰਨ ਲਈ, ਧਰਮ ਦਾ ਪ੍ਰਕਾਸ਼ ਕਰਨ ਲਈ ਮੈਦਾਨੇ ਜੰਗ ਵਿੱਚ ਆ ਗਏ। ਸੋਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਬੇਰਸੀ ਜਿਹੜੀ ਬਾਣੀ ਹੈ, ਇੱਕ ਦੇਵੀ ਭਾਗਵਤ ਪੁਰਾਣ ਹੈ ਜਿਹਦੇ ਵਿੱਚ ਦੇਵੀ ਨੇ ਜਿਵੇਂ ਦੰਤਾਂ ਦੁਸ਼ਟਾਂ ਨੂੰ ਆਪਣੇ ਹੱਥਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਫੜ ਕੇ ਮਾਰ ਮੁਕਾਇਆ, ਤੇ ਦੇਵਤੇ ਜਿਹੜੇ ਸੀ ਜਿਨ੍ਹਾਂ ਨੂੰ ਦੰਤਾਂ ਨੇ ਦੇਵ ਲੋਕ ਵਿੱਚੋਂ ਭਜਾ ਦਿੱਤਾ ਸੀ, ਦੁਬਾਰਾ ਉਹਨਾਂ ਨੂੰ ਰਾਜ ਭਾਗ ਦਿਖਵਾਇਆ। ਇੰਦਰ ਨੂੰ ਇੰਦਰ ਆਸਨ ਸਿੰਘ ਆਸਨ ਤੇ ਸਿਵਾਏ ਮਾਨ ਕੀਤਾ। ਜੈਕਾਂ ਨਾਲ ਜੰਗ ਯੋਧੇ ਜਿਹੜੇ ਪ੍ਰਸੰਗ ਹੈ ਆਪਾਂ ਪੜ੍ਹ ਸੁਣ ਰਹੇ ਹਾਂ। ਪਹਿਲਾਂ ਜਿਵੇਂ ਧੂਮਰ ਲੈ ਤੈਰ ਜਿਹੜੀਆਂ ਧੂਣੀਆਂ ਵਰਗੀਆਂ ਕਾਲੀਆਂ ਪੀਣੀਆਂ ਜਾਂ ਖਾਂਸੀ ਉਹਨੂੰ ਮਾਰਿਆ, ਇਸੇ ਤਰ੍ਹਾਂ ਜਿਹੜੀਆਂ ਉਹ ਬਿੱਲੀਆਂ ਜਿਹੀਆਂ ਅੱਖਾਂ ਜਿਹੀਆਂ ਉਹਦਾ ਨਾਂ ਹੀ ਬਡਾਲ ਦੈਨ ਸੀ ਉਹਨੂੰ ਮਾਰ ਮੁਕਾਇਆ। ਇੱਕ ਪੀੜੀਆਂ ਜਿਹੀਆਂ ਅੱਖਾਂ ਵਾਲਾ ਸੀ ਉਹਦਾ ਨਾਂ ਸੀ ਪਿੰਗਾਸ਼ ਦੈਨ, ਉਹਨੂੰ ਵੀ ਜਮਦਾਨੇ ਜੰਗ ਵਿੱਚ ਹੀ ਮਾਰ ਮੁਕਾ ਦਿੱਤਾ। ਫਿਰ ਇਸੇ ਤਰ੍ਹਾਂ ਇੱਕ ਰਗਤ ਬੀਜ ਦੈਨ ਸੀ ਜਿਸਨੇ ਸ਼ਿਵਜੀ ਦੀ ਉਪਾਸ਼ਨਾ ਕਰਕੇ ਬਰ ਲਿਆ ਸੀ ਵੀ ਜਦੋਂ ਮੈਂ ਮੈਦਾਨੇ ਜੰਗ ਵਿੱਚ ਬੈਰੀਆਂ ਨਾਲ ਲੜਾਂ ਜੇ ਮੈਂ ਫੱਟੜ ਹੋ ਜਾਵਾਂ ਜ਼ਖਮੀ ਹੋ ਜਾਵਾਂ, ਜਿੱਥੇ ਜਿੱਥੇ ਮੇਰੇ ਫੱਟ ਵਿੱਚੋਂ ਖੂਨ ਦੀ ਬੂੰਦ ਧਰਤੀ 'ਤੇ ਡਿੱਗੇ, ਮੇਰੇ ਵਰਗੇ ਕਹਿੰਦੇ ਉਸੇ ਵੇਲੇ ਹੋਰ ਰਗਤ ਬੀਜ ਦੈਂਤ ਪੈਦਾ ਹੋ ਕੇ ਖੜਾ ਹੋ ਜਾਏ, ਉਹ ਸ਼ਸਤਰ ਚੁੱਕ ਲਏ। ਇਸ ਤਰ੍ਹਾਂ ਦਾ ਜਿਹੜਾ ਰਗਤ ਬੀਜ ਦੈਨ ਸੀ ਜਿਹੜੀਆਂ ਲਹੂ ਦੀਆਂ ਬੂੰਦਾਂ ਨਾਲ ਹੀ ਬਣੇ ਬਣਾਏ ਪੈਦਾ ਹੋ ਜਾਂਦੇ ਸੀ, ਤੇ ਉਹਨੂੰ ਵੀ ਫਿਰ ਇਹਨੇ ਮਾਰ ਮੁਕਾਇਆ ਸੀ। ਇਸੇ ਤਰ੍ਹਾਂ ਅਖੀਰ ਤੇ ਸੰਭ ਰਾਜੇ ਨੇ ਆਪਣਾ ਛੋਟਾ ਭਰਾ ਜਿਹਦਾ ਨਾਮ ਸੰਭ ਸੀ ਉਹਨੂੰ ਮੈਦਾਨੇ ਜੰਗ ਵਿੱਚ ਭੇਜਿਆ, ਚਾਰ ਤਰ੍ਹਾਂ ਦੀ ਫੌਜ ਦੇ ਕੇ, ਹਾਥੀਆਂ ਵਾਲੀ, ਘੋੜਿਆਂ ਵਾਲੀ, ਰਸਾਂ ਵਾਲੀ ਤੇ ਪੈਦਲ। ਅਖੀਰੀ ਇਹਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ, ਫਿਰ ਆਪ ਹੀ ਇਹ ਚੜ ਆਇਆ ਸੀ। ਜੇ ਆਪ ਚੜ ਕੇ ਆਇਆ ਆਹਮੋ ਸਾਹਮਣੇ ਫਿਰ ਜੰਗ ਜੁੱਧ ਹੋਇਆ, ਉਹ ਪ੍ਰਸੰਗ ਆਪਾਂ ਪੜ੍ਹ ਸੁਣ ਰਹੇ ਹਾਂ। ਕੁਝ ਪ੍ਰਸੰਗ ਉਹ ਜੰਗ ਜੁੱਧ ਦਾ ਪੜ੍ਹ ਲਿਆ ਹੈ, ਕੁਝ ਬਾਕੀ ਅੱਗੇ ਅੱਜ ਪੜ੍ਹਨਾ ਹੈ। ਉਹ ਜਿਵੇਂ ਵੀ ਇਹ ਜੰਗ ਯੁੱਧ ਦਾ ਪ੍ਰਸੰਗ ਆ ਰਿਹਾ ਹੈ, ਗੁਰੂ ਕਲਗੀਧਰ ਪਾਤਸ਼ਾਹ ਜੀ
ਆਪਣੀ ਬਾਣੀ ਵਿਚ ਕਥਨ ਕਰ ਰਹੇ ਹਨ ਤੇ ਕਰ ਰਹੇ ਹਨ ਸੰਗੀਤ ਨਰਾਜ ਛੰਦ ਵਿਚ ਵੀ ਉਹ ਛੰਦ ਜਿਹੜਾ ਸੰਗੀਤ ਦੇ ਨਿਯਮਾਂ ਵਿਚ ਹੋਵੇ ਜਿਹੜਾ ਗਾਇਨ ਹੋ ਸਕੇ ਜਿਹਦਾ ਕੀਰਤਨ ਵੀ ਕੀਤਾ ਜਾ ਸਕੇ ਉਹ ਛੰਦ ਜਿਹਦੇ ਵਿਚ ਉਹ ਜਿਹੜੇ ਕਾਵਿ ਦੇ ਕੋਈ ਲਫ਼ਜ਼ ਹੈ ਪਦ ਪਦਾਰਥ ਹੈ ਉਹਦੇ ਵਿਚ ਮਰਦੰਗ ਦੇ ਬੋਲ ਹੋਣ ਉਹ ਜਾਗਰ ਦੂੰ ਦਾਗਰ ਦੂੰ ਮਾਗਰ ਦੂੰ ਇੱਕ ਮਰਦੰਗ ਦੇ ਬੋਲ ਹੈ ਜਿਵੇਂ ਆ ਤਬਲੇ ਵਾਲੇ ਵੀ ਇਹਨਾਂ ਦੇ ਵੀ ਬੋਲ ਆ ਤਾਤੀ ਤਿੰਨਾ ਕਰਦੇ ਹੁੰਦੇ ਹੈ ਹੁਣ ਉਹਦਾ ਅਰਥ ਤਾਂ ਨੀ ਕੋਈ ਤਾਤੀ ਤਿੰਨਾ ਦਾ ਉਹਨਾਂ ਨੂੰ ਪੁੱਛੋ ਕਹਿੰਦੇ ਵੀ ਇੱਕ ਗਾਤਾ ਹੈ ਉਹ ਜਦੋਂ ਕਰਦੇ ਹੈ ਫਿਰ ਉੱਥੋਂ ਅੱਗੇ ਹੋਰ ਉਹਦੇ ਨਾਲ ਅੱਖਰ ਜੋੜ ਲੈਂਦੇ ਆ ਫਿਰ ਹੋਰ ਉਹ ਗੱਤ ਦਾ ਨਾਂ ਹੋ ਜਾਂਦਾ ਵੀ ਇਹ ਤਾਲ ਆ ਹੈ ਇਹ ਆ ਹੈ ਇਸ ਤਰ੍ਹਾਂ ਇਹਦੇ ਵਿੱਚ ਵੀ ਕੁਝ ਲਫ਼ਜ਼ ਮਰਦੰਗ ਦੇ ਬੋਲਦੇ ਹਨ ਇਸ ਕਰਕੇ ਛੰਦ ਦਾ ਨਾਮ ਮਹਾਰਾਜ ਨੇ ਸੰਗੀਤ ਰੱਖਿਆ ਵੀ ਇਹ ਗਾਇਨ ਹੋ ਸਕਦਾ ਇਹਦਾ ਕੀਰਤਨ ਵੀ ਹੋ ਸਕਦਾ ਹੈ ਹੁਣ ਜਦੋਂ ਕਿਤੇ ਇੱਧਰ ਉੱਧਰ ਬਾਰਡਰ ਤੇ ਜੰਗ ਯੁੱਧ ਸ਼ੁਰੂ ਹੋ ਜਾਣ ਫੌਜੀਆਂ ਨਾਲ ਉਧਰੋਂ ਤੇ ਫਿਰ ਇਹਨਾਂ ਨੂੰ ਆਹੀ ਬਾਣੀ ਚੇਤੇ ਆ ਜਾਂਦੀ ਹੈ ਰੇਡੀਓਆਂ ਤੋਂ ਵੀ ਟੀਵੀਆਂ ਤੋਂ ਵੀ ਲੱਗ ਜਾਂਦੇ ਫਿਰ ਇਹ ਕੀਰਤਨ ਕਰਨ ਪਹਿਲਾਂ ਕਹਿੰਦੇ ਨਹੀਂ ਇਹ ਮਹਾਰਾਜ ਦੀ ਬਾਣੀ ਨਹੀਂ ਪਹਿਲਾਂ ਦੂਜੇ ਰੂਪ ਵਿੱਚ ਰੌਲਾ ਪਾਉਂਦੇ ਆ ਜਦੋਂ ਮਤਬਲ ਹੁੰਦਾ ਹੈ ਫਿਰ ਉਹ ਛੱਡ ਦਿੰਦੇ ਆਪਣੀ ਆਪਣੀ ਸਾਰੀ ਇਹਨੂੰ ਜ਼ਿਆਦਾ ਗਾਉਂਦੇ ਆ ਉਹ ਇਹ ਜਿਵੇਂ ਵੀਰ ਰੱਸੀ ਬਾਣੀ ਜੰਗ ਜੁਰ ਵਾਲੀ ਬਾਣੀ ਆ ਰਹੀ ਹੈ ਆਪਾਂ ਮਨ ਲਾ ਕੇ ਸੁਣੀਏ ਜੀ ਕੜਾ ਕੜੀ ਕਿਰਪਾਣੇ ਅੰਗ ਜਦੋਂ ਇਹ ਸੰਭ ਰਾਜਾ ਮੈਦਾਨੇ ਜੰਗ ਵਿਚ ਚੜ ਕੇ ਆਇਆ ਹੈ ਉਸ ਵੇਲੇ ਕਹਿੰਦੇ ਜਿਹੜੀਆਂ ਕਿਰਪਾਨਾ ਹੈ ਉਹ ਚੱਲਣ ਸਮੇਂ ਕਹਿੰਦੇ ਕਾੜ ਕਾੜ ਦੀ ਆਵਾਜ਼ ਹੋਣ ਲੱਗੀ ਹੈ ਜਟਾ ਜੁਟੀ ਜਵਾਨੇ ਅੰਗ ਜਿਹੜੇ ਜਵਾਨ ਸੂਰਵੀਰ ਹੈ ਉਹ ਜੁੱਟੋ ਜੁੱਟੀ ਹੋ ਗਏ ਹੋ ਰਹੇ ਹਨ ਜਾਂ ਹੱਥੋ ਹੱਥੀ ਹੋ ਰਹੇ ਹੈ ਜਾਂ ਗੁੱਥਮ ਗੁੱਥੀ ਹੋ ਰਹੇ ਹੈ ਇਹ ਜੁੱਟੋ ਜੁੱਟੀ ਕਹੋ ਜਟਾ ਜੁੱਟੀ ਕਹੋ ਜੁੱਟੋ ਜੁੱਟੀ ਕਹੋ ਗੁੱਥਮ ਗੁੱਥੀ ਕਹੋ ਹੱਥੋ ਹੱਥੀ ਹੋ ਕਹੋ ਉਹ ਆਪੋ ਵਿੱਚ ਹੀ ਹੱਥੋ ਹੱਥੀ ਹੋ ਗਏ ਉਹਨੂੰ ਹੱਥ ਮਾਰਦਾ ਗਾਂ ਉਹ ਦੂਜਾ ਉਹਨੂੰ ਕਹਿੰਦਾ ਹੱਥ ਮਾਰਦਾ ਵੀ ਆ ਤੈਨੂੰ ਦਮਾਵਾਂ ਚਲਵਾ ਉਹ ਹੱਥੋ ਹੱਥੀ ਜਪੋ ਜਪੀ ਹੋ ਰਹੇ ਹੈ ਜਾਂ ਜਟਾ ਜੁਟੀ ਜੁੰਡੋ ਜੁੰਡੀ ਹੋ ਰਹੇ ਹੈ ਉਹ ਇੱਕ ਦੂਸਰੇ ਦੇ ਕੇਸਾਂ ਨੂੰ ਖਿੱਚ ਧੂ ਰਹੇ ਹਨ ਸੋ ਵੀਰ ਜਾਗਰ ਦੰਗ ਜਗੇ ਸੋ ਕਿ ਚੰਗੇ ਚੰਗੇ ਜਿਹੜੇ ਸੂਰਬੀਰ ਹੈ ਜਿਹੜੇ ਜਾਗਣ ਵਾਲੇ ਹਨ ਉਹ ਕਹਿੰਦੇ ਜਾਗ ਪਏ ਨੇ ਜਾਂ ਜਾਗਰ ਦੰਗ ਜਗਾ ਜਗਾ ਚੰਗੇ ਚੰਗੇ ਸੂਰਬੀਰ ਜਾਗ ਪਏ ਹੈ ਜਗ੍ਹਾ ਜਗ੍ਹਾ ਜਿਹੜੇ ਚੰਗੇ ਚੰਗੇ ਸੂਰਬੀਰ ਹੈ ਲੜਨ ਲਈ ਸਾਵਧਾਨ ਹੋ ਗਏ ਹਨ ਲੜਾਕ ਲਾਗੜ ਦੰਗ ਪਗੇ ਜਿਹੜੇ ਲੜਾਕੇ ਸੂਰਬੀਰ ਹੈ ਉਹ ਲਾਗੜ ਦੰਗ ਕੀ ਲੜਾਈ ਦੇ ਵਿੱਚ ਪਗੇ ਕੀ ਤਦਾਕਰ ਹੋ ਗਏ ਉਹ ਲੜਾਈ ਕਰਨ ਲੱਗ ਪਏ ਹਨ ਲੜਾਕੇ ਸੂਰਬੀਰ ਰਸਾਵਲ ਛੰਦ ਝਮੀ ਤੇਗ ਛੁੱਟੰ ਛੱਟੰ ਜਦੋਂ ਕਹਿੰਦੇ ਇਸ ਤਰ੍ਹਾਂ ਤੇਗ ਹਾਂਜੀ ਝਮੀ ਤੇਗ ਝੱਟੂ ਝੱਟਦੇ ਗਏ ਜਦੋਂ ਤੇਗ ਮਾਰਦੇ ਹਨ
ਤੇ ਉਹ ਬੜੀ ਕਹਿੰਦੇ ਬਈ ਤੇਜ ਨਾਲ ਤੇਗ ਮਾਰਦੇ ਉਹ ਬੜੀ ਚਮਕੀ ਹੈ, ਲਿਸ਼ਕਦੀ ਹੈ, ਚਮਕਦੀ ਦਮਕਦੀ ਹੈ, ਛੁਰੀ ਛਿਪਰ ਛੁੱਟਣ ਇਸੇ ਤਰ੍ਹਾਂ ਜਿਹੜੀਆਂ ਛੁਰੀਆਂ ਹਨ ਉਹ ਬੜੀ ਛੇਤੀ ਛੁੱਟਦੀਆਂ ਚੱਲਦੀਆਂ ਹਨ ਜੰਗ ਵਿਚ, ਗੁਰੰ ਗੁਰਜ ਗੱਟੰ ਕਈ ਜਿਹੜੇ ਗੁਰੋਂ ਕੀ ਵੱਡੀਆਂ ਵੱਡੀਆਂ ਜਾਂ ਭਾਰੀਆਂ ਜਿਹੜੀਆਂ ਗੁਰਜਾਂ ਜਦੋਂ ਚੱਲਦੀਆਂ ਤੇ ਉਹ ਗੱਟ ਗੱਟ ਹੁੰਦੀ ਹੈ ਜਾਂ ਗੱਟ ਗੱਟ ਕਰਕੇ ਭਾਰੀ ਗੁਰਜਾਂ ਮਾਰਦੇ ਹਨ, ਪਲੰਗੰ ਪਿਸੱਟੰ ਇਸ ਤਰ੍ਹਾਂ ਗੁਰਜਾਂ ਭਾਰੀ ਮਾਰ ਮਾਰ ਕੇ ਜਿਹੜਾ ਕਹਿੰਦੇ ਪਲੰਕੀ ਹੈ ਸ਼ੇਰ ਆ ਉਹਦੀ ਪਿਸਟਨ ਕੀ ਪਿੱਠ ਤੇ ਮਾਰਦੇ ਹੈ, ਜਿਹੜਾ ਦੇਵੀ ਦਾ ਸਵਾਰੀ ਵਾਲਾ ਸ਼ੇਰ ਹੈ ਨਾ ਉਹਦੀ ਪਿੱਠ ਤੇ ਮਾਰਦੇ ਹੈ, ਪਲੰਗ ਦਾ ਅਰਥ ਇੱਥੇ ਮੁੱਖ ਸ਼ੇਰ ਹੀ ਹੈ, ਉਂਝ ਪਲੰਗ ਦਾ ਅਰਥ ਚਿੱਤਰਾ ਹੁੰਦਾ ਹੈ, ਜੇ ਕੋਈ ਕਹੇ ਵੀ ਇਹ ਸ਼ੇਰ ਕਿਵੇਂ ਕਰਤਾ ਫਿਰ ਉਹ ਇਸ ਤਰ੍ਹਾਂ ਵੀ ਅਰਥ ਹੋ ਜਾਂਦਾ ਹੈ ਵੀ ਜਿਹੜਾ ਚਿੱਤਰੇ ਵਰਗਾ ਬਲੀ ਸ਼ੇਰ ਹੈ ਉਹਦੇ ਪਿੱਠ ਤੇ ਮਾਰਦੇ ਗੁਰਜਾਂ, ਕਿਤੇ ਸਰੋਣ ਚੱਟੰ ਕਿਤੇ ਜਿਹੜੇ ਗਿੱਦੜ ਹਨ ਉਹ ਆ ਕੇ ਲਹੂ ਚੱਟ ਰਹੇ ਹਨ, ਕਿਤੇ ਸੀਸ ਫੁੱਟੰ ਕਿਤੇ ਕਹਿੰਦੇ ਮੈਦਾਨੇ ਜੰਗ ਵਿਚ ਸਿਰ ਪੁੱਟੇ ਪਏ ਹਨ ਸਿਰ ਪੱਟੇ ਪਏ ਹੈ, ਕਹੂ ਹੂ ਹੂ ਛੁੱਟੰ ਕਿਤੇ ਕਿਤੇ ਹੂਲ ਦੁਹਾਈ ਛੁੱਟ ਰਹੀ ਹੈ, ਰੋਲਾ ਗੋਲਾ ਪੈ ਰਿਹਾ ਵੀ ਮਰਗੇ ਵੀ ਬਚਾ ਲੋ ਪਾਣੀ ਦਿਓ ਬਈ, ਕਹੂ ਵੀਰ ਉੱਠੰ ਕਿਤੇ ਜਿਹੜੇ ਸੂਰ ਵੀਰ ਹੈ ਕਹਿੰਦੇ ਉਹ ਸਾਵਧਾਨ ਹੋ ਰਹੇ ਹੈ ਲੜਾਈ ਕਰਨ ਲਈ ਤਿਆਰ ਪ੍ਰਤਿਆਰ ਹੋ ਰਹੇ ਹਨ, ਕਹੂ ਧੂਰ ਲੁੱਟੰ ਕਈ ਜਿਹੜੇ ਆ ਧੂਰ ਦੇ ਵਿਚ ਹੀ ਲੜ ਰਹੇ ਹਨ, ਲੁੱਟੋ ਜਿਹੜਾ ਲੱਲੇ ਨੇ ਔਂਕੜ ਸਰੂਪ ਦੇ ਵਿਚ ਦੇਖ ਲੈਣਾ ਵੀ ਹੈਗਾ ਕਿ ਨਹੀਂ, ਜੇ ਲੱਟਾਂ ਹੋਵੋ ਤੇ ਫਿਰ ਸਪਸ਼ਟ ਅਰਧ ਵੀ ਲਿਟਦੇ ਹਨ, ਜਾਂ ਕਹੋ ਧੂ ਲੁੱਟੋ ਕਿ ਧੂੜ ਦੇ ਧੂੜ ਦੇ ਹੀ ਆਨੰਦ ਲੁੱਟ ਲਿਆ, ਧੂੜ ਵਿਚ ਹੀ ਪਏ ਹਨ, ਕਿਤੇ ਮਾਰ ਰਟੰ ਕਿਤੇ ਕਹਿੰਦੇ ਭਾਵੇਂ ਉਹ ਜ਼ਖਮੀ ਹੋਇਆ ਫਿਰ ਲੋ ਮਾਰ ਲੋ ਮਾਰ ਲੋ ਬੋਲਦੇ ਵੀ ਛੱਡਣਾ ਨਹੀਂ ਇਹਨੂੰ, ਭਣੈ ਜਸ ਭਟੰ ਯਾ ਜਿਹੜੇ ਧਰਤੀ ਤੇ ਪਏ ਫੇਰ ਵੀ ਜ਼ਖਮੀ ਹੋਏ ਮਾਰ ਲੋ ਕਹਿੰਦੇ ਆ ਉਹਨਾਂ ਦੇ ਜਿਹੜੇ ਭੱਟ ਲੋਕ ਹੈ ਉਹ ਜਸ ਕਥਨ ਕਰਦੇ ਉਹਨਾਂ ਦੀ ਵਡਿਆਈ ਕਰਦੇ ਵੀ ਦੇਖ ਲੋ ਧਰਤੀ ਤੇ ਪੱਟਣ ਹੋਇਆ ਪਿਆ ਜੇ ਵੀ ਮਾਰ ਲੋ ਹੀ ਬੋਲ ਲੈ ਵੀ ਧੰਨ ਹੈ ਵੀ ਸੂਰਬੀਰ ਬਹਾਦਰ, ਕਿਤੇ ਪੇਟ ਫਟੰ ਕਈਆਂ ਦੇ ਇਸ ਤਰ੍ਹਾਂ ਸ਼ਸਤਰਾਂ ਨਾਲ ਪੇਟ ਫਟੇ ਪਏ ਆ ਪਾਟੇ ਪਏ ਪਾੜੇ ਪਏ ਹਨ, ਭਜੇ ਛਤਰ ਥੱਟੰ ਜਿਹੜੇ ਛਤਰੀਆਂ ਦੇ ਠਾਠ ਵਾੜ ਸੀ ਬਾਬਾ ਜਿਹੜੇ ਸੂਰਬੀਰ ਸੀ ਨਾ ਕੰਡੇ ਕਰੋਨਾ ਭਗੌੜੇ ਹੋ ਗਏ ਭੱਜ ਗਏ ਹਨ ਕਈ, ਕਿਤੇ ਖੂਨ ਖੱਟੰ ਕਈ ਕਹਿੰਦੇ ਖੂਨ ਹੀ ਖੱਟੋ ਕੀ ਇਹ ਕਰਦੇ ਹਨ, ਫੱਟ ਮਾਰ ਕੇ ਬਾਰ ਮਾਰ ਕੇ ਇਸ ਤਰ੍ਹਾਂ ਖੂਨ ਕਰ ਦਿੰਦੇ ਫੱਟ ਕਰ ਦਿੰਦੇ ਹਨ, ਖੂਨ ਨਾਲ ਹੀ ਲਬੇੜ ਦਿੰਦੇ ਹਨ, ਕਿਤੇ ਦੁਸ਼ਟ ਦੱਟੰ ਜੇ ਕਹਿੰਦੇ ਇਸ ਤਰ੍ਹਾਂ ਜਿਹੜੇ ਦੁਸ਼ਟ ਹੈ ਦੈਤ ਉਹਨਾਂ ਨੂੰ ਡੱਟੋ ਕੀ ਹੈ ਦਬਾਇਆ ਜਾ ਰਿਹਾ ਹੈ ਦਬਿਆ ਜਾ ਰਿਹਾ ਹੈ, ਫਿਰੇ ਜਾ ਹਰਟੰ ਫਿਰੇ ਜਿਉ ਹਰਟੰ ਦੂਜੇ ਨੂੰ ਸਿਹਾਰੀ ਲੱਗੀ ਹੈ ਇੱਥੇ ਮੇਰੇ ਲਾਈ ਹੋਈ ਹੈ ਲਾਈ ਹੋਈ ਇੱਥੇ ਹੈ ਨਹੀਂ ਸੀ ਜਿਹਾਰੀ ਫਿਰੇ ਜਿਉ ਹਰਟ ਨੂੰ ਜਿਵੇਂ ਹਰਟ ਫਿਰਦਾ ਹੁੰਦਾ ਹੈ ਨਾ ਜਿਵੇਂ ਹਰਟ ਘੁੰਮਦਾ ਹੁੰਦਾ ਇਸ ਤਰ੍ਹਾਂ ਕੋਈ ਘੁੰਮਦੇ ਫਿਰਦੇ ਦੁਸ਼ਟ ਲੋਕ ਦਵਾਏ ਹੋਏ, ਸਜੇ ਸੂਰ ਸਾਰੇ ਸਾਰੇ ਜਿਹੜੇ ਸੂਰ ਵੀਰਾ ਸ਼ਸਤਰਾਂ ਬਸਤਰਾਂ ਨਾਲ ਸਜੇ ਭਜੇ ਹੋਏ, ਮਹਿਖਿਆਸ ਧਾਰੇ ਜਾਂ ਸੂਰ ਵੀਰਾਂ ਨੇ ਧਨਖਾਂ ਨੂੰ ਧਾਰਨ ਕੀਤਾ ਧਨਖ ਪਕੜੇ ਹੋਏ,
ਨਏ ਖੱਗ ਆਰੇ ਕਈਆਂ ਨੇ ਆਰਿਆਂ ਵਰਗੇ ਤਿੱਖੇ ਜਿਹੜੇ ਅਖੰਡੇ ਲਏ ਹੋਏ ਹਨ ਮਹਾਰੋਹ ਵਾਰੇ ਬੜੇ ਕਹਿੰਦੇ ਗੁੱਸੇ ਵਾਲੇ ਬੜੇ ਰੋਸ਼ੋ ਵਾਲੇ ਹਨ ਸਹੀ ਰੂਪ ਕਾਰੇ ਸਹੀ ਕੇ ਨੀਚੇ ਕਰਕੇ ਜਾਂ ਸਹੀ ਠੀਕ ਕਹਿੰਦੇ ਕਾਲੇ ਰੂਪ ਬਣ ਗਏ ਹੈ ਗੁਰੇ ਗੁਰੇ ਕੋਈ ਨੀ ਹੈ ਕਹਿੰਦੇ ਐਨ ਠੀਕ ਪੂਰੇ ਕਾਲੇ ਰੂਪ ਵਾਲੇ ਹੈ ਮਨੋ ਸਿੰਧ ਖਾਰੇ ਜਿਵੇਂ ਮਨੋ ਕੁੰਦਰ ਕੌੜਾ ਹੁੰਦਾ ਨਾ ਇਹੋ ਜਿਹੇ ਕੌੜੇ ਵੀ ਹਨ ਕਈ ਵਾਰ ਗਾਰੇ ਇਹੋ ਜਿਹਾ ਕਹਿੰਦੇ ਕਾਲੇ ਰੂਪ ਵਾਲੇ ਦੈਂਤਾਂ ਨੂੰ ਕਈ ਵਾਲੀਏ ਦੇਵੀ ਨੂੰ ਗਾਲੇ ਦੇਵੀ ਨੇ ਗਾਲਿਆ ਮਾਰਿਆ ਸੋ ਮਾਰਨ ਉਚਾਰੇ ਫੇਰ ਵੀ ਕਹਿੰਦੇ ਜਿਹੜੇ ਬਚੇ ਖੁਚੇ ਉਹ ਮਾਰ ਲੋ ਇਹ ਦੇਵੀ ਨੂੰ ਇਹਨੂੰ ਛੱਡਣਾ ਨਹੀਂ ਉਹ ਬੋਲਦੇ ਭਵਾਨੀ ਪਛਾਰੇ ਇਧਰ ਜਿਹੜੀ ਭਵਾਨੀ ਕੀ ਹੈ ਦੇਵੀ ਇਹ ਪਟਕਾ ਪਟਕਾਰ ਕੇ ਸਿੱਟਦੀ ਹੈ ਜਵਾ ਜੇਮ ਜਾਰੇ ਇਸ ਤਰ੍ਹਾਂ ਕਹਿੰਦੇ ਸਾੜ ਦਿੱਤੇ ਹੈ ਜਿਵੇਂ ਕਹਿੰਦੇ ਜਵਾਸੇ ਨੂੰ ਬਾਰਿਸ਼ ਸਾੜ ਦਿੰਦੀ ਹੈ ਉਹ ਸਾਉਣ ਭਾਦੋਂ ਦੇ ਮਹੀਨੇ ਦੇ ਵਿੱਚ ਜਦੋਂ ਬਾਰਿਸ਼ ਪੈਂਦੀ ਹੈ ਬਾਕੀ ਤਾਂ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਲਹਿਲ ਹੋਣ ਵੀ ਇੱਕ ਹੈ ਜਵਾਹਾਂ ਬੂਟੀ ਉਹ ਜਦੋਂ ਬਾਰਿਸ਼ ਪਊਗੀ ਉਦੋਂ ਸੜ ਮੁੱਕ ਜਾਊ ਜਿਵੇਂ ਅੱਕ ਹੈ ਇਹਦਾ ਵੀ ਇਹੀ ਹੈ ਜਦੋਂ ਐਨ ਪੂਰੀ ਆਉਣ ਲੱਗੂ ਉਦੋਂ ਅੱਕ ਜਿਹੜਾ ਦੇਸੀ ਨਾ ਪੂਰਾ ਲੈ ਲਾਊਗਾ ਤੇ ਜਵਾਸਾ ਵੀ ਹੈ ਉਹ ਕਹਿੰਦਾ ਮੀਂਹ ਦੀ ਬਾਰਿਸ਼ ਦੀ ਕੀ ਲੋੜ ਸੀ ਹਰੇ ਭਰੇ ਹਰੇ ਬਨਸਪਤੀ ਤਾਂ ਘੁਮਲਾਈ ਪਈ ਹੁੰਦੀ ਜਵਾਸਾ ਤੇ ਅੱਕ ਐਨ ਲੈ ਲਹਿੰਦੇ ਹੁੰਦੇ ਤੇ ਜਿਹੜੀ ਬਾਰਿਸ਼ ਹੈ ਇਹਨੂੰ ਜਵਾਹੇ ਨੂੰ ਸਾਰ ਦਿੰਦੀ ਏ ਝੱਟ ਹੀ ਸੜ ਮੁੱਕ ਜਾਂਦਾ ਹੈ ਵਿੱਚ ਉਹ ਜਵਾਹੇ ਦਾ ਦ੍ਰਿਸ਼ਟਾਂਤ ਦਿੰਦੇ ਕਹਿੰਦੇ ਜਿਵੇਂ ਜਵਾਹਾਂ ਜਿਹੜਾ ਉਹਨੂੰ ਬਾਰਿਸ਼ ਸਾੜ ਦਿੰਦੀ ਹੈ ਇਸ ਤਰ੍ਹਾਂ ਕਹਿੰਦੇ ਘਰ ਤੇ ਸਾੜ ਤੇ ਦੇਵੀ ਨੇ ਦੈਤ ਜਵਾਂ ਜੀਵ ਜਵਾਂ ਨਾਲ ਜਵਾਂ ਦਾ ਵੀ ਹੁੰਦਾ ਹੈ ਜਿਵੇਂ ਹਵਨ ਦੇ ਵਿੱਚ ਜਿਹੜੇ ਜਿਉਂ ਸਾੜੇ ਜਾਂਦੇ ਹੈ ਉਹ ਵੀ ਅਰਥ ਕਰ ਲੈਂਦੇ ਅਜੇ ਪੰਡਿਤ ਲੋਕ ਹੈ ਜਦੋਂ ਹਵਨ ਹੁਮਨ ਜਾ ਕਰਦੇ ਨਾ ਤੇ ਉਹ ਜਿਹੜੀ ਧੂਪੜੀ ਬਣਾਈ ਹੁੰਦੀ ਹੈ ਹਵਨ ਕਰਨ ਵਾਲੀ ਉਹਦੇ ਵਿੱਚ ਜੌਂ ਇਹਨਾਂ ਨੇ ਪਾਏ ਹੁੰਦੇ ਜਿੱਥੇ ਹੋਰ ਪਾਈਆਂ ਹੁੰਦੀਆਂ ਉੱਥੇ ਵਿਸ਼ੇਸ਼ ਕਰਕੇ ਜੌਂ ਵੀ ਹੁੰਦੇ ਇਕੱਲੇ ਜੌਂ ਵੀ ਪਾ ਪਾ ਕੇ ਇਹ ਹਵਨ ਕਰਦੇ ਹੁੰਦੇ ਹੈ ਇਹ ਜਵਾਨ ਨੂੰ ਜ਼ਿਆਦਾ ਅਨਾਜ ਬਾਕੀ ਅਨਾਜਾਂ ਵੱਲੋਂ ਇਹ ਤਰਜੀਹ ਦਿੰਦੇ ਹੈ ਇਸ ਕਰਕੇ ਕਹਿੰਦੇ ਜਿਵੇਂ ਜਵਾਂ ਨੂੰ ਕਹਿੰਦੇ ਉਹ ਹਵਨ ਵਿੱਚ ਪੰਡਿਤ ਹੋਣੀ ਸਾੜਦੇ ਹੁੰਦੇ ਉਹ ਸਾੜਦੇ ਦੇਵੀ ਨੇ ਜਵਾਂ ਵਾਂਗ ਵਡੇਈ ਲੁਝਾਰੇ ਬੜੇ ਬੜੇ ਕਹਿੰਦੇ ਲੜਨ ਵਾਲੇ ਸੀ ਨਾ ਦੈਂਤ ਉਹਨਾਂ ਨੂੰ ਜਵਾਂ ਵਾਂਗੂ ਸਾੜ ਦਿੱਤਾ ਹੈ ਕੁੱਤੇ ਜਿਹੀਏ ਵਾਰੇ ਬੜੇ ਬੜੇ ਕਹਿੰਦੇ ਦਿਲ ਵਾਲੇ ਸੀ ਹੈ ਦਿਲ ਕੱਢ ਕੇ ਅੱਗੇ ਹੋ ਕੇ ਲੜਨ ਵਾਲੇ ਸੀ ਉਹਨਾਂ ਨੂੰ ਮਾਰ ਮੁਕਾਇਆ ਹੈ ਇੱਕ ਵਾਰ ਟਾਰੇ ਬਹੁਤਾ ਸਮਾਂ ਨਹੀਂ ਲਗਾ ਇੱਕੋ ਵਾਰ ਹੀ ਉਹਨਾਂ ਨੂੰ ਟਾਲ ਦਿੱਤਾ ਭੂ ਦੂਰ ਕਰ ਦਿੱਤਾ ਹੈ ਠਮੰ ਠੋਕ ਠਾਰੇ ਇੱਕ ਵਾਰ ਟਾਰੇ ਠਮੰ ਕਹਿੰਦੇ ਉਸ ਥਾਂ ਤੋਂ ਜਿੱਥੇ ਉਹ ਖੜੋਤੇ ਸੀ ਉੱਥੋਂ ਇੱਕੋ ਵਾਰੀ ਇਹਨਾਂ ਨੂੰ ਪੂਰੇ ਕਰ ਦਿੱਤਾ ਤੇ ਠੋਕੇ ਤਾਂ ਕਹਿੰਦੇ ਠਾਰ ਹੀ ਦਿੱਤੇ ਠੰਡੇ ਕਰ ਦਿੱਤੇ ਐਸੇ ਕਹਿੰਦੇ ਠੋਕੇ ਸ਼ਾਸਤਰ ਜਿਹੜੇ ਕਰਦੇ ਸੀ ਨਾ ਲਲਕਾਰੇ ਮਾਰਦੇ ਉਹ ਠਾਰ ਕੇ ਠਾਰ ਦਿੱਤੇ ਠੰਡੇ ਕਰ ਦਿੱਤੇ ਹੈ ਠੋੜ ਕੇ ਇਸ ਤਰ੍ਹਾਂ ਸੀਤ ਕਰ ਦਿੱਤੇ ਹਨ ਠੰਡ ਦੇ ਨਾਲ ਮਨੁੱਖ ਸੁੰਗੜ ਜੇ ਜਾਂਦਾ ਹੈ ਸੁੰਗੜ ਗਏ ਹਨ ਬਲੀ ਮਾਰ ਡਾਰੇ ਜਿਹੜੇ ਆਪਣੇ ਆਪ ਨੂੰ ਬੜੇ ਬਲੀ ਕਹਾਉਂਦੇ ਸੀ ਉਹ ਕਹਿੰਦੇ ਸ਼ਕਤੀ ਨੇ ਮਾਰ ਸੁੱਟੇ ਹਨ ਟਮੱਕੇ ਟੰਡਾਰੇ ਜਿਹੜੇ ਕੋਈ ਢੱਡਾਂ ਵਗੈਰਾ ਹਨ ਉਹ ਟਮ ਟਮ ਕਰਦੀਆਂ ਹਨ ਈਸਾ ਢੋਲ ਵੀ ਟਮ ਟਮ ਕਰਦੇ ਹਨ ਬਹੇ ਬਾਨਣੇ ਆਰੇ ਬਹੇ ਬਾਨਣੇ ਆਰੇ ਜਿਹੜੇ ਅਣੀਆਂ ਵਾਲੇ ਤੀਰ ਹੈ ਉਹ ਉੱਥੇ ਚੱਲੇ ਜਿਹਨਾਂ ਤੀਰਾਂ ਦੀਆਂ ਤਿੱਖੀਆਂ ਨੋਕਾਂ ਹਨ ਇੱਕ ਤਾਂ ਹੁੰਦਾ ਨਾ ਮੂਹਰੇ ਜਿਹੜਾ ਉਹ ਚੌੜਾ ਹੁੰਦਾ ਮੁਖੀ ਜੀ ਉਹਨੂੰ ਖਪਰਾ ਕਹਿੰਦੇ ਨੇ
ਇੱਕ ਤਿੱਖੀ ਨੋਕ ਵਾਲਾ ਹੁੰਦਾ ਉਹਨੂੰ ਕਹਿੰਦੇ ਵੀ ਅਣੀ ਵਾਲਾ ਹੈ, ਤਿੱਖੀ ਨੋਕ ਵਾਲਾ ਤੀਰ ਹੈ। ਇਸ ਤਰ੍ਹਾਂ ਕਹਿੰਦੇ ਅਣੀਆਂ ਵਾਲੇ ਤਿੱਖੀਆਂ ਨੋਕਾਂ ਵਾਲੇ ਤੀਰ ਉੱਥੇ ਫਿਰ ਚੱਲੇ ਹਨ। ਕਿਤੇ ਤੀਰ ਤਾਰੇ, ਹਾਂ ਕਈਆਂ ਨੂੰ ਕਹਿੰਦੇ ਤੀਰਾਂ ਦੇ ਨਾਲ ਹੀ ਤਾਰੇ ਕੀ ਇਹ ਤਾੜਿਆ ਹੈ, ਕਈਆਂ ਨੂੰ ਤੀਰ ਮਾਰ ਕੇ ਤਾਰਤਾ ਸੰਸਾਰ ਤੋਂ ਪਾਰ ਕਰ ਦਿੱਤਾ ਹੈ, ਜਾਣੀ ਮੌਤ ਦੇ ਘਰਦੇ ਵਿੱਚ ਭੇਜ ਦਿੱਤਾ ਹੈ। ਲਖੇ ਹੱਥ ਬਾਰੇ, ਇਸ ਤਰ੍ਹਾਂ ਲਖੇ ਹੱਥ ਬਾਰੇ ਜਿਹੜੇ ਕੋਈ ਜ਼ੋਰ ਵਾਲੇ ਸੂਰਵੀਰ ਸੀ ਉਹ ਜਿਹੜੇ ਲਖੇ ਕੀਏ ਵੇਖ ਕੇ ਕਈ ਤਾਂ ਦੀਵਾਨੇ ਦੀਦਾਰੇ, ਦੇਵੀ ਦਾ ਦੀਦਾਰ ਕਰਕੇ ਦਮਲੇ ਹੋ ਗਏ, ਉਹ ਕਮਰੇ ਹੋ ਗਏ, ਕਹਿੰਦੇ ਵੀ ਲੜਦੀ ਤਾਂ ਹੈ ਪਰ ਹੈ ਬਈ ਇਹ ਬੜੀ, ਕਈ ਇਸ ਤਰ੍ਹਾਂ ਉਹਦੇ ਦੀਦਾਰ ਦੇ ਕੇ ਦੀਵਾਨੇ ਹੋ ਰਹੇ, ਚੱਲੇ ਹੋ ਰਹੇ, ਜਿਹੜੇ ਜੋੜ ਵਾਲੇ ਸੂਰਵੀਰ ਹੈ ਉਹ ਦੇਖ ਦੇਖ ਕੇ ਦੀਵਾਨੇ ਹੋ ਰਹੇ। ਹਣੇ ਭੂਮ ਪਾਰੇ, ਕਈਆਂ ਨੂੰ ਕਹਿੰਦੇ ਉਹ ਮਾਰ ਦਿੱਤਾ ਤੇ ਧਰਤੀ ਤੇ ਮਾਰੇ ਪਏ ਹਨ। ਕਿਤੇ ਸਿੰਘ ਫਾਰੇ, ਕਿਤਨਿਆਂ ਨੂੰ ਜਿਹੜਾ ਦੇਵੀ ਦਾ ਸ਼ੇਰ ਆ ਉਹਨੇ ਫਾੜ ਦਿੱਤਾ, ਪਾੜ ਦਿੱਤਾ ਹੈ ਪੰਜੇ ਮਾਰ ਮਾਰ ਕੇ। ਕਿਤੇ ਆਪ ਬਾਰੇ, ਇਹ ਕਹਿੰਦੇ ਆਪ ਬਾਰੇ ਕਿਹੜੇ ਬੜੇ ਹੰਕਾਰ ਵਾਲੇ ਹਨ, ਅਪਣੱਤ ਵਾਲੇ ਆ ਵੀ ਅਸੀਂ ਕੁਝ ਹੈਗੇ ਹਾਂ। ਜਿਤੇ ਦੈਤ ਭਾਰੇ, ਜਿਤਨੇ ਵੀ ਭਾਰੀ ਦੈਤ ਆਪ ਵਾਲੇ ਆ ਹੰਕਾਰ ਵਾਲੇ ਹੈ। ਤਿਤੇ ਅੰਤ ਹਾਰੇ, ਸਾਰੇ ਇਹਨੂੰ ਕਹਿੰਦੇ ਅੰਤ ਨੂੰ ਹਾਰ ਕੇ ਹੰਭ ਗਏ ਹਨ। ਅੜਿਆਰੇ, ਜੋ ਬੜੇ ਅੜੀਅਲ ਸਨ, ਬੜੇ ਜਿਰੀਏ ਸਨ, ਹਠੀਏ ਸਨ। ਖਰੇਈ ਬਰਿਆਰੇ, ਖਰੇਈ ਕੇ ਖਰੇ ਬਹੁਤੇ ਚੰਗੇ ਇਸ ਤਰ੍ਹਾਂ ਬਰਿਆਰ ਸਨ, ਬਹਾਦਰ ਵੀ ਸਨ। ਕਰੂਰੰ ਕਰਾਰੇ, ਤੇ ਕਰੂਰੰ ਕਰੂਰ ਸੀ, ਭਿਆਨਕ ਸੀ ਤੇ ਕਰਾਰੇ ਕਰੜੇ ਵੀ ਸਨ। ਲਪੱਕੇ ਲਲਾਰੇ, ਜਿਨ੍ਹਾਂ ਦੇ ਲਲਾਰੇ ਕੀ ਮੱਥੇ ਹੈ, ਕਹਿੰਦੇ ਲਪਕੇ ਕੀ ਲਪੱਕੇ ਕੀ ਇਹ ਚਮਕਦੇ ਦਮਕਦੇ ਸੀ, ਮੱਥੇ ਦਗ ਦਗ ਕਰਦੇ ਸੀ, ਨੂਰਾਨੀ ਚਿਹਰਿਆਂ ਵਾਲੇ ਸਨ। ਅਰੀਲੇ ਅਰਿਆਰੇ, ਫਿਰ ਜਿਹੜੇ ਅਰੀਲੇ ਕਿਹੜੇ ਅੜੀਅਲ ਵੀ ਸਨ ਤੇ ਅੜਨ ਵਾਲੇ ਬੈਰੀ ਸਨ, ਉਹਨਾਂ ਨੂੰ ਮਾਰ ਮੁਕਾਇਆ ਹੈ। ਹਣੇ ਕਾਲ ਕਾਰੇ, ਇਸ ਤਰ੍ਹਾਂ ਕਾਲੀ ਨੇ ਇਹੋ ਜਿਹੜੇ ਕਾਲੇ ਦੈਂਤ ਸਾਰੇ ਕਹਿੰਦੇ ਹਣੇ ਕੀ ਨਾਸ਼ ਕਰਦੇ ਮਾਰ ਮੁਕਾਏ। ਭੱਜੇ ਰੋਹ ਵਾਰੇ, ਜਿਹੜੇ ਰੋਹ ਵਿਸ਼ੋ ਵਾਲੇ ਸੀ, ਬੜੇ ਗੁੱਸੇ ਵਾਲੇ ਸੀ, ਉਹ ਦੇਵੀ ਦਾ ਜੰਗ ਦੇਖ ਕੇ ਭੱਜ ਤੁਰੇ ਹਨ। ਦੋਹਰਾ ਇਹ ਬਿਧ ਦੁਸ਼ਟ ਪ੍ਰਚਾਰਕ, ਮਹਾਰਾਜ ਕਹਿੰਦੇ ਵੀ ਹੈ ਖਾਲਸਾ ਜੀ ਇਸ ਤਰ੍ਹਾਂ ਦੁਸ਼ਟ ਦੇਵਤਾਂ ਨੂੰ ਪਰ ਵਿਸ਼ੇਸ਼ ਕਰਕੇ ਸਾੜ ਕੇ ਸ਼ਸਤਰ ਅਸਤਰ ਕਰ ਲੀਨ, ਕਹਿੰਦੇ ਆਪਣੇ ਹੱਥਾਂ ਵਿੱਚ ਸ਼ਸਤਰ ਵੀ ਤੇ ਅਸਤਰ ਵੀ ਲੈ ਲੈਣਾ ਕੀਤੇ ਹਨ। ਬਾਣਾ ਬੂੰਦ ਪ੍ਰਥਮ ਬਰਖ, ਪਹਿਲਾਂ ਕਹਿੰਦੇ ਤੀਰਾਂ ਦੀ ਜਿਹੜੀ ਬਾਰਿਸ਼ ਦੀ ਬੂੰਦ ਬੂੰਦ ਕਹਿੰਦੇ ਬਾਰਿਸ਼ ਕੀਤੀ ਹੈ, ਬਾਰਿਸ਼ ਵਰਸਾਈ ਹੈ ਤੀਰਾਂ ਦੀ। ਸਿੰਘ ਨਾਦ ਪੁੰਨ ਕੀ, ਫਿਰ ਜਿਵੇਂ ਸ਼ੇਰ ਆਵਾਜ਼ਾਂ ਕਰਦਾ ਹੁੰਦਾ, ਸ਼ੇਰ ਬੋਲਦਾ ਹੈ, ਉਹ ਕਹਿੰਦੇ ਭਵਕ ਮਾਰੀ ਦੇਵੀ ਨੇ ਲਲਕਾਰਾ ਮਾਰਿਆ, ਸ਼ੇਰ ਵਾਂਗੂ ਗਜੀ ਹੈ। ਰਸਾਵਲ ਛੰਦ ਸੁਨਿਓ ਸੁੰਭ ਰਾਇੰ, ਉਹ ਕਹਿੰਦੇ ਦੇਵੀ ਦਾ ਲਲਕਾਰਾ ਕਹਿੰਦੇ ਦੈਂਤਾਂ ਦੇ ਰਾਜੇ ਸੁੰਭ ਨੇ ਸੁਣਿਆ ਹੈ। ਚੜਿਓ ਚੌਪ ਚਾਇੰ, ਕਹਿੰਦੇ ਬੜੇ ਚਾਹ ਤੇ ਉਰਸ਼ਾਹ ਨਾਲ ਫਿਰ ਚੜ ਪਿਆ। ਸਜੇ ਸ਼ਸਤਰ ਪਾਣ, ਆਪਣੇ ਹੱਥਾਂ ਵਿੱਚ ਇਹਨੇ ਸ਼ਸਤਰ ਸਜਾ ਲਏ ਫੜ ਲਏ। ਚੜੇ ਜੰਗ ਜਵਾਨ, ਨਾਲ ਹੋਰ ਵੀ ਜਿਹੜੇ ਜਵਾਨ ਹੈ ਉਹ ਜੰਗ ਲਈ ਚੜ ਪਏ ਹਨ। ਲੱਗੇ ਢੋਲ ਟੰਕੇ, ਚੱਲੇ ਹਨ ਢੋਲਾਂ ਤੇ, ਕਹਿੰਦੇ ਟੰਕੇ ਡਿੱਗੇ ਲੱਗੇ ਹਨ ਵੱਜੇ ਹਨ। ਕਮਾਨ ਕੜਕੇ, ਜਿਹੜੀਆਂ ਕਮਾਣਾ ਉਹਨਾਂ ਦੀ ਕੜਕ
ਉਹਨਾਂ ਨੇ ਕੜਕਾਰ ਹੋਈ ਏ ਕੜਕੀਆਂ ਭਏ ਨਦ ਨਦ ਤੇਰੇ ਨਦ ਧੌਂਸੇ ਹਨ ਉਹਨਾਂ ਦੇ ਬੜੇ ਵਜੇ ਹੋਏ ਧੌਂਸੇ ਵਜੇ ਹਨ ਧੁਨੰ ਨਿਰਵਿਖਾਦ ਜਿਨ੍ਹਾਂ ਦੀ ਜਿਹੜੀ ਤੁਹਾਨੂੰ ਆਵਾਜ਼ ਹੈ ਨਿਰਵਿਖਾਦ ਹੈ ਇੱਕ ਰਸ ਲਗਾਤਾਰ ਹੋ ਰਹੀ ਹੈ ਚਮਕੀ ਕਿਰਪਾਨ ਉਸੇ ਕਿਰਪਾਨਾਂ ਵੀ ਚਮਕੀਆਂ ਹਨ ਹਠੇ ਤੇਜ ਮਾਨ ਇਸ ਤਰ੍ਹਾਂ ਜਿਹੜੇ ਹਠੀਏ ਹਨ ਸਿਵੜੇ ਤੇਜ ਪ੍ਰਤਾਪ ਮਾਣੇ ਕੀਏ ਵਾਲੇ ਤੇਜ ਪ੍ਰਤਾਪ ਵਾਲੇ ਵੀ ਹਨ ਤੇਜ ਵੀ ਹਨ ਤੇ ਮਾਣ ਹੰਕਾਰ ਵਾਲੇ ਵੀ ਹੈ ਮਹਾਵੀਰ ਹੁੰਕੇ ਬੜੇ ਬੜੇ ਜਿਹੜੇ ਸੂਰ ਵੀਰਾ ਹੁੰਕੇ ਕੀਏ ਲਲਕਾਰੇ ਮਾਰਦੇ ਹੁੰਗਰੇ ਮਾਰਦੇ ਸੋ ਨਿਸ਼ਾਨ ਧੁੰਕੇ ਇਸੇ ਤਰ੍ਹਾਂ ਚੰਗੇ ਜਿਹੜੇ ਨਿਸ਼ਾਨ ਹੈ ਧੌਂਸੇ ਨਗਾਰੇ ਹੈ ਉਹ ਡੁੰਕੇ ਕੀਏ ਵੱਜੇ ਹੈ ਖੜਕੇ ਚਹੂੰ ਓਰ ਗਰਜੇ ਚਾਰੀ ਤਰਫਾ ਤੋਂ ਜਿਹੜੇ ਸੂਰਵੀਰ ਗੱਜੇ ਹਨ ਸਭਾ ਦੇਵ ਲਰਜੇ ਇਹਨਾਂ ਗੱਜਿਆਂ ਨੂੰ ਦੇਖ ਕੇ ਸਾਰੇ ਦੇਵਤੇ ਕਹਿੰਦੇ ਲਰਜੇ ਕੰਬੇ ਹਨ ਸ਼ਰਮਿੰਦਤ ਹੋਏ ਹਨ ਸਰੰਗ ਧਾਰ ਬਰਖੇ ਇਹ ਤੀਰਾਂ ਦੀ ਜਿਹੜੀ ਧਾਰ ਹੈ ਬਰਸਾਈ ਹੈ ਮਈਆ ਪਾਨ ਪਰਖੇ ਇਸ ਤਰ੍ਹਾਂ ਕਹਿੰਦੇ ਜਿਹੜੇ ਦੇਵੀ ਹੈ ਉਹਨੇ ਉਹਦੇ ਹੱਥ ਉਹਨਾਂ ਦੀ ਪ੍ਰੀਖਿਆ ਕੀਤੀ ਸਭ ਨੇ ਵੀ ਉਹਦੇ ਤੀਰ ਹਨ ਚੌਪਈ ਜੇ ਲਏ ਸ਼ਸਤਰ ਸਾਮੂਹੇ ਧਏ ਜਿਹੜੇ ਜਿਹੜੇ ਕਹਿੰਦੇ ਸ਼ਸਤਰ ਲੈ ਕੇ ਸਾਹਮਣੇ ਧਾਵਾ ਕਰਕੇ ਆਏ ਸੀ ਕਿਤੇ ਨਿਧਨ ਕਹੂੰ ਪ੍ਰਾਪਤ ਭਏ ਉਹ ਸਾਰੇ ਸਵਾਸਾਂ ਰੂਪੀ ਤੰਤੋ ਰਹਿਤ ਹੋ ਗਏ ਹਨ ਝਮਕਤ ਭਈ ਅਸਨ ਕੀ ਧਾਰਾ ਉਹ ਸਵੇਰੇ ਤਲਵਾਰਾਂ ਦੀਆਂ ਜਿਹੜੀਆਂ ਧਾਰਾਂ ਹਨ ਚਮਕ ਪਈਆਂ ਲਿਸ਼ਕ ਪਈਆਂ ਭਵਕੇ ਰੁੰਡ ਮੁੰਡ ਬਿਕਰਾਰਾ ਜਿਹੜੇ ਰੁੰਡ ਤੜ ਹਨ ਮੁੰਡ ਸਿਰ ਹਨ ਉਹ ਬੜੇ ਬਿਕਰਾਲਾ ਡਰਾਉਣੇ ਜੇ ਹੋ ਕੇ ਉੱਥੇ ਕਹਿੰਦੇ ਬੋਲਦੇ ਹਨ ਦੋਹਰਾ ਹੈ ਗੇ ਰਥ ਪੈਦਲ ਕੱਟੇ ਜਿਹੜੇ ਹਾਥੀਆਂ ਤੇ ਚੜੇ ਸੀ ਹੈ ਘੋੜਿਆਂ ਤੇ ਸਵਾਰ ਸੀ ਰਸਾਂ ਤੇ ਸੀ ਪੈਦਲ ਸੀ ਉਹ ਸਾਰੇ ਕੱਟ ਦਿੱਤੇ ਹਨ ਦੇਵੀ ਨੇ ਬਚੇ ਉਹਨ ਜੀਵਤ ਕੋਈ ਜਿਉਂਦਾ ਨੀ ਬਚਿਆ ਹੈ ਤਬ ਆਪੇ ਨਿਕਸਿਓ ਨਿਰਪਤ ਫਿਰ ਤਾਂ ਸੁੰਭ ਰਾਜਾ ਆਪ ਹੀ ਕਹਿੰਦੇ ਮੈਦਾਨੇ ਜੰਗ ਵਿਚ ਨਿਕਲ ਪਿਆ ਸੁੰਭ ਕਰੈ ਸੋ ਹੋਏ ਹਾਂ ਸੁੰਭ ਕਰੈ ਸੋ ਹੋਏ ਹੁਣ ਜਿਹੜਾ ਸੁੰਭ ਰਾਜਾ ਕਰੂਗਾ ਉਹੀ ਹੋਊਗਾ ਸੰਭ ਕਰੈ ਸੋ ਹੋਏ ਕਹਿੰਦੇ ਜੋ ਹੁਣ ਸ਼ਿਵਜੀ ਕਰੂਗਾ ਉਹੀ ਹੋਵੇਗਾ ਭਾਵ ਜਿਵੇਂ ਸ਼ਿਵਜੀ ਚਾਹੇਗਾ ਜਿਉਂਦਾ ਰੱਖਣਾ ਚਾਹੇਗਾ ਤਾਂ ਰੱਖ ਲਏਗਾ ਇਹਨੂੰ ਜੇ ਮਰਨ ਮਰਵਾਉਣਾ ਚਾਹੂਗਾ ਤਾਂ ਮਰਵਾ ਦੂਗਾ ਕਿਉਂਕਿ ਸ਼ਿਵਜੀ ਦਾ ਪੁਜਾਰੀ ਹੈ ਸਿਵਕ ਸ਼ਿਵਜੀ ਦੇ ਸੇਵਕ ਹੈ ਸਾਰੇ ਦੈਂਤ ਰਾਖ ਇਸ ਕਰਕੇ ਸੰਭ ਕਰੈ ਸੋ ਹੋਏ ਜੋ ਸ਼ਿਵਜੀ ਕਰੂਗਾ ਉਹੀ ਹੋਵੇਗਾ ਚੌਪਈ ਸ਼ਿਵ ਦੂਤੀ ਇਤ ਦੁਰਗਾ ਬੁਲਾਈ ਆ ਸਵੇਰੇ ਕਹਿੰਦੇ ਜਿਹੜੀ ਦੇਵੀ ਹੈ ਉਸਨੇ ਆ ਸ਼ਿਵਜੀ ਕੋਲ ਵਾਸਤੇ ਦੂਤੀ ਬੁਲਾਈ ਹੈ ਕਾਨ ਲਾਗ ਨੀਕਾ ਸਮਝਾਏ ਹੋਰ ਦੂਤੀ ਨੂੰ ਕਹਿੰਦੇ ਕੰਨ ਨਾਲ ਮੂਝਾ ਲਾ ਕੇ ਚੰਗੀ ਤਰ੍ਹਾਂ ਸਮਝਾਇਆ ਸ਼ਿਵ ਕੋ ਭੇਜ ਦੀਜੀਏ ਤਹਾਂ ਦੇਵੀ ਦੂਤੀ ਨੂੰ ਕਿਹਾ ਵੀ ਜਿਹੜਾ ਸ਼ਿਵਜੀ ਹੈ ਨਾ ਉਹਨੂੰ ਉੱਥੇ ਭੇਜੇ ਤੂੰ ਦੈਤ ਰਾਜ ਸਥਿਤ ਹੈ ਜਹਾਂ ਜਿੱਥੇ ਦੈਂਤਾਂ ਦਾ ਰਾਜਾ ਦਾ ਜਿਹੜਾ ਸੰਭ ਹੈ ਜੰਗ ਯੁੱਧ ਵਿੱਚ ਸਥਿਤ ਹੈ ਟਿਕਿਆ ਹੋਇਆ ਹੈ ਸ਼ਿਵ ਦੂਤੀ ਜਬ ਇਨ ਸੁਨ ਪਾਵਾ ਹਾਂ ਜਿਹੜੀ ਹੈ ਸ਼ਿਵ ਜੀ ਦੇ ਕੋਲ ਜਾਣ ਵਾਲੀ ਦੂਤੀ ਹੈ ਦੇਵੀ ਹੈ ਜਦੋਂ ਉਹਨੇ ਉਹ ਸੁਣ ਪਾਇਆ ਦੇਵੀ ਤੋਂ ਸ਼ਿਵ ਹੈ ਦੂਤ ਘਰ ਉਤੇ ਪਠਾਵਾ ਸਵੇਰੇ ਕਹਿੰਦੇ ਉਹਨੇ ਜਾ ਕੇ ਜਿਹੜਾ ਸ਼ਿਵ ਜੀ ਹੈ ਉਹਨੂੰ ਦੂਤ ਬਣਾਰ ਕਰਕੇ ਉਧਰ ਸੰਭ ਕੋਲ ਸੁਭ ਕੋਲ ਭੇਜ ਦਿੱਤਾ ਸ਼ਿਵ ਦੂਤੀ ਤਾਤੇ ਭਇਓ ਨਾਮਾ ਇਸ ਕਰਕੇ ਕਹਿੰਦੇ ਆ ਦੁਰਗਾ ਦਾ ਕਾਲੀ ਦਾ ਇੱਕ ਨਾਮ ਕਹਿੰਦੇ ਸ਼ਿਵ
ਕੀਰਤੀ ਕਰਕੇ ਵੀ ਪ੍ਰਸਿੱਧ ਹੋਇਆ ਹੈ। ਜਾਣਤ ਸਕਲ ਪੁਰਖ ਅਰ ਬਾਮ ਇੰਨੇ ਕਹਿੰਦੇ ਆ, ਕੋਈ ਕਥਾ ਸੁਣਨ ਵਾਲੇ ਇਸਤਰੀ ਪੁਰਖ ਸਾਰੇ ਜਾਣਦੇ ਹੈ ਜਿੱਥੇ ਉਹ ਦੁਰਗਾ ਦੇਵੀ ਦੇ ਹੋਰ ਬੇਅੰਤ ਬੇਅੰਤ ਨਾਂ ਹੈ, ਉੱਥੇ ਉਹ ਦੁਰਗਾ ਦੇਵੀ ਦਾ ਇੱਕ ਨਾਮ ਸ਼ਿਵ ਦੂਤੀ ਵੀ ਪ੍ਰਸਿੱਧ ਹੈ। ਸ਼ਿਵ ਕਹੀ ਦੈਤ ਰਾਜ ਸੁਨ ਬਾਤਾ, ਆਹ ਸ਼ਿਵ ਜੀ ਨੇ ਜਾ ਕੇ ਗੱਲ ਆਖੀ, ਔਰ ਦੈਂਤਾਂ ਦੇ ਰਾਜੇ ਮੇਰੇ ਸੇਵਕ ਗੱਲ ਸੁਣ ਲੈ। ਇਹ ਬਿਦ ਕਹੇ ਉਹ ਤੁਮ ਹੋ ਜਗ ਮਾਤਾ, ਆਹ ਜਿਹੜੀ ਸਾਰੇ ਸੰਸਾਰ ਦੀ ਮਾਂ ਦੇਵੀ, ਉਸ ਨੇ ਤੈਨੂੰ ਇਸ ਤਰ੍ਹਾਂ ਮੇਰੇ ਰਾਹੀਂ ਕਿਹਾ ਹੈ। ਦੇਵਨ ਕੋ ਦੈ ਕੈ ਠਕੁਰਾਈ, ਉਸਨੇ ਕਿਹਾ ਵੀ ਜਿਹੜਾ ਇਹ ਦੇਵਤੇ ਇਹਨਾਂ ਨੂੰ ਰਾਜਧਾਨੀ ਦੇ ਕੇ ਤੇ ਤੂੰ ਇਥੋਂ ਬਾਹਰ ਹੋ ਜਾ। ਕਹਿ ਮਾਂਡੋ ਹਮ ਸੰਗ ਲੜਾਈ, ਨਹੀਂ ਤਾਂ ਉਹਨੇ ਫਿਰ ਦੇਵੀ ਨੇ ਕਿਹਾ ਵੀ ਆ ਕੇ ਮੇਰੇ ਨਾਲ ਲੜਾਈ ਕਰ ਲੈ, ਮੇਰੇ ਨਾਲ ਜੰਗ ਜੁਦ ਕਰ ਲੈ, ਨਹੀਂ ਦੇਵ ਲੋਕ ਦਾ ਰਾਜ ਭਾਗ ਦੇ ਕੇ ਬਾਹਰ ਨਿਕਲ ਜਾ, ਦੋਵਾਂ ਚ ਇੱਕ ਗੱਲ ਕਰ ਲਾ। ਦੈਤ ਰਾਜ ਇਹ ਬਾਤ ਨ ਮਾਨੀ, ਆ ਉਸ ਵੇਲੇ ਸ਼ਿਵ ਜੀ ਰਾਹੀਂ ਜਦੋਂ ਗੱਲ ਕਹੀ ਗਈ ਹੈ ਤਾਂ ਇਹ ਸਾਰੇ ਸਿੱਖ ਸੇਵਕੀ ਦੈਤ ਰਾਕਸ਼ ਸ਼ਿਵ ਜੀ ਦੇ, ਪਰ ਦੈਂਤਾਂ ਦੇ ਰਾਜੇ ਨੇ ਕਹਿੰਦੇ ਇਹ ਜਿਹੜੀ ਗੱਲ ਹੈ ਉਹ ਦੇਵੀ ਦੀ ਮੰਨੀ ਨੀ ਜੋ ਸ਼ਿਵ ਜੀ ਨੇ ਕਹੀ ਆ ਕੇ। ਆਪ ਚੱਲੇ ਜੂਜਨ ਅਭਿਮਾਨੀ, ਹੰਕਾਰੀ ਰਾਜਾ ਜੀ ਆਪ ਕਹਿੰਦੇ ਲੜਨ ਲਈ ਜੁੱਧ ਕਰਨ ਲਈ ਚੱਲ ਪਏ। ਗਰਜਤ ਕਾਲ ਕਾਲ ਜਿਉ ਜਹਾਂ, ਜਿੱਥੇ ਕਹਿੰਦੇ ਜਿਹੜੀ ਕਾਲੀ ਹੈ ਕਾਲ ਵਾਂਗੂ ਗਜਦੀ ਸੀ, ਪ੍ਰਾਪਤ ਭਇਓ ਅਸੁਰ ਪਤ ਤਹਾਂ, ਉੱਥੇ ਦੰਤਾਂ ਰਾਕਸ਼ਾਂ ਦਾ ਜਿਹੜਾ ਰਾਜਾ ਜਾ ਪ੍ਰਾਪਤ ਜਾ ਪਹੁੰਚਿਆ ਹੈ। ਚਮਕੀ ਤਹਾਂ ਅਸਨ ਕੀ ਧਾਰਾ, ਫਿਰ ਤਲਵਾਰਾਂ ਦੀਆਂ ਧਾਰਾਂ ਕਹਿੰਦੇ ਚਮਕ ਪਈਆਂ ਲਿਸ਼ਕ ਪਈਆਂ, ਨਾਚੇ ਭੂਤ ਪ੍ਰੇਤ ਬਹਿ ਤਾਰਾ, ਜੰਗ ਜਦ ਸ਼ੁਰੂ ਹੋ ਗਿਆ ਭੂਤ ਵੀ ਨੱਚਣ ਲੱਗ ਪਏ ਪ੍ਰੇਤ ਵੀ, ਤੇ ਭੂਤਾਂ ਪ੍ਰੇਤਾਂ ਦੇ ਜਿਹੜੇ ਸਰਦਾਰ ਨੇ ਇਹਨਾਂ ਦੇ ਕਮਾਂਡਰ ਨੇ ਮੁਖੀ ਹਨ ਉਹ ਬੈਤਾਲ ਨੇ ਤਕੜੇ ਹੁੰਦੇ ਬੈਤਾਲ, ਕਹਿੰਦੇ ਵੀ ਨੱਚ ਪਏ ਹਨ। ਫਰਕੇ ਅੰਧਕ ਬੰਦ ਅਚੇਤਾ, ਕਈ ਬੇਹੋਸ਼ ਪਏ ਹੋਏ ਹਨ ਉਹਨਾਂ ਦੇ ਜਿਹੜੇ ਤਰਜੇ ਹੈ, ਦਿਸਦਾ ਦੁਸਦਾ ਕੋਈ ਹੈ ਫਿਰ ਵੀ ਉਹ ਫੜਕ ਰਹੇ ਹੈ। ਭਿਬਰੇ ਭੈਰਵ ਭੀਮ ਅਨੇਕਾ, ਇਸ ਤਰ੍ਹਾਂ ਭੈਰੋ ਆਦਿਕ ਜਿਹੜੇ ਭਿਆਨਕ ਅਨੇਕਾ, ਉੱਥੇ ਭਿਬਰੇ ਕੀਏ ਬੋਲ ਰਹੇ ਆ ਕੇ। ਤੁਰਹੀ ਢੋਲ ਨਗਾਰੇ ਬਾਜੇ, ਟੂਟੀਆਂ ਵੀ ਤੁਲੀਆਂ ਵੀ ਢੋਲ ਵੀ ਨਗਾਰੇ ਵੀ ਖੜਕ ਪਏ ਹੈ। ਭਾਂਤ ਭਾਂਤ ਜੋਧਾ ਰਣ ਗਾਜੇ, ਤਰ੍ਹਾਂ ਤਰ੍ਹਾਂ ਦੇ ਜਿਹੜੇ ਜੰਗੀ ਯੋਧੇ ਹੈ ਜੰਗ ਵਿੱਚ ਆ ਗੱਜੇ। ਡੱਡ ਡਫ ਡਮਰ ਡੁਗ ਡੁਗੀ ਕਨੀ, ਢੱਡ ਡਫ ਢੱਡੇ ਨਾਲ ਨੀ ਤੂੰ ਡੱਡ ਕਹਿੰਦਾ, ਢੱਡਾਂ ਵੀ ਡੱਫਾਂ ਵੀ ਡੋਰੂ ਵੀ ਡੁਗ ਡੁਗੀਆਂ ਵੀ ਬਹੁਤ ਵੱਜ ਰਹੀਆਂ। ਨਾਏ ਨਫੀਰੀ ਜਾਤ ਨਗਨੀ, ਹੋਰ ਜਿਹੜੀਆਂ ਸਰਨਾਈਆਂ ਹਨ ਨਫੀਰੀਆਂ ਤੂਤੀਆਂ ਇਹ ਕਹਿੰਦੇ ਗਿਣੀਆਂ ਨੀ ਜਾ ਸਕਦੀਆਂ, ਇੰਨੇ ਬਜ ਰਹੇ ਸਾਜ ਜੋ ਗਿਣ ਕੇ ਨੀ ਦੱਸ ਰਹੇ ਦੱਸੇ ਜਾ ਸਕਦੇ ਹਨ। ਮੱਧ ਭਾਰ ਹੁੰਕੇ ਕਿਕਾਨ, ਜਿੱਥੇ ਕਹਿੰਦੇ ਇੰਨੇ ਸਾਜ ਵੱਜਦੇ ਉੱਥੇ ਜਿਹੜੇ ਕਿਕਾਨ ਕੀ ਇਹ ਘੋੜੇ ਹੈ ਉਹ ਵੀ ਹੁੱਕੇ ਕੀਏ ਬੋਲਦੇ ਹਨ ਕਦੇ ਹਨ। ਧੁੰਕੇ ਨਿਸ਼ਾਨ, ਜੇ ਨਿਸ਼ਾਨ ਕੀ ਜਿਹੜੇ ਨਗਾਰੇ ਹਨ ਉਹ ਧੁੱਕੇ ਵੱਜਦੇ ਹਨ ਖੜਕਦੇ ਹਨ। ਸੱਜੇ ਸੁਬੀਰ, ਇੱਧਰ ਜਿਹੜੇ ਚੰਗੇ ਚੰਗੇ ਸੂਰਬੀਰ ਉਹ ਸਜੇ ਵਜੇ ਹਨ। ਗੱਜੇ ਗਹੀਰ, ਕਹਿੰਦੇ ਤਕੜੀ ਕਰਦੇ ਹਨ। ਝੁੱਕੇ ਇਨ ਝੱਕ, ਹਾਂ ਕਈ ਤਾਂ ਕਹਿੰਦੇ ਇਸ ਤਰ੍ਹਾਂ ਝੁੱਕੇ ਨਿਚੱਕ ਐਨ ਝੱਕ ਹੋ ਕੇ ਅੱਗੇ ਨੂੰ ਝੁਕੇ ਅੱਗੇ ਨੂੰ ਹੋਏ ਹਨ। ਵੱਜੇ ਉਬਕ, ਇਸ ਤਰ੍ਹਾਂ ਵੱਜੇ ਉਬਕ, ਕਈ ਉਬਕ ਵੀ ਹੁਸ਼ਿਆਰ ਹੋ ਕੇ ਇਸ ਤਰ੍ਹਾਂ ਕਹਿੰਦੇ ਉਹ ਵੱਜੇ ਕੀ ਬੋਲਦੇ ਹਨ ਜਾਂ ਖੈਬੜਦੇ ਹਨ ਖੜਕਦੇ ਹਨ। ਸ
ਸੱਜੇ ਸੁਬਾਹ ਜਿਹੜੇ ਚੰਗੇ ਸੂਰ ਵੀਰ ਸਵਾਰੀਆਂ ਤੇ ਸਜੇ ਵਜੇ ਹੈ ਅਛਰੈ ਉਛਾਹ ਉਹਨਾਂ ਸਜਿਆ ਵਜਿਆ ਸੂਰ ਵੀਰਾਂ ਨੂੰ ਦੇਖ ਦੇਖ ਕੇ ਜਿਹੜੀਆਂ ਪਛੜਾ ਉਹਨਾਂ ਨੂੰ ਉਛਾਹ ਹੋ ਰਿਹਾ ਚਾਹ ਚੱਲ ਰਿਹਾ ਹੈ ਕੱਟੇ ਕਿਕਾਨ ਕਿਸੇ ਥਾਂ ਤੇ ਘੋੜੇ ਕੱਟੇ ਪਏ ਹਨ ਫੁੱਟੇ ਚਵਾਨ ਕਈ ਤੈਂਤਾਂ ਦੇ ਜਿਹੜੇ ਮੂੰਹ ਕਹਿੰਦੇ ਫੁੱਟੇ ਪਏ ਟੁੱਟੇ ਪਏ ਸੂਲਮ ਸੜਾਕ ਜਿਹੜਾ ਤਰਸੂਲ ਹੈ ਉਹ ਚੱਲਦਾ ਉਹਦਾ ਕਹਿੰਦੇ ਸੜਾਕ ਹੁੰਦਾ ਸਰੜ ਸਰੜ ਕਰਦਾ ਤਰਸੂਲ ਉੱਠੇ ਕੜਾਕ ਜਦੋਂ ਬਰੂਕ ਵਿੱਚੋਂ ਗੋਲੀ ਚੱਲਦੀ ਉਦੋਂ ਕੜਾਕਾ ਉੱਠਦਾ ਹੈ ਗੱਜੇ ਜਵਾਨ ਤੇ ਉਹ ਜਿਹੜੇ ਜਵਾਨ ਸੂਰ ਵੀਰ ਹੈ ਉਹ ਮੈਦਾਨੇ ਜੱਗ ਵਿੱਚ ਗੱਜਦੇ ਹਨ ਵੱਜੇ ਨਿਸ਼ਾਨ ਇੱਕ ਪਾਸੇ ਜਿਹੜੇ ਧੌਸੇ ਨਗਾਰੇ ਉਹ ਵੀ ਵੱਜਦੇ ਖੜਦੇ ਹਨ ਸੱਜੇ ਰਜਿੰਦਰ ਹਾਂ ਜਿਹੜੇ ਰਾਜੇ ਹੈ ਉਹ ਸਜੇ ਵਜੇ ਹੋਏ ਹਨ ਗੱਜੇ ਗਜਿੰਦਰ ਜਿਹੜੇ ਹਾਥੀ ਹੈ ਬੜੇ ਬੜੇ ਉਹ ਵੀ ਗੱਜਦੇ ਹੈ ਭੁਜੰਗ ਭਰਿਆਤ ਛੰਦ ਫਿਰੈ ਬਾਜੀਆਂ ਤਾਜੀਆਂ ਇਤ ਉਤੰ ਹਾਂ ਜਿਹੜੇ ਕੋਈ ਘੋੜਿਆਂ ਵਾਲੇ ਹੈ ਤਾਜਾਂ ਵਾਲੇ ਇਧਰ ਉਧਰ ਫਿਰਦੇ ਹਨ ਗੱਜੇ ਬਾਰਨ ਦਾਰਨ ਰਾਜ ਪੁੱਤਰੰ ਜਿਸ ਤਰ੍ਹਾਂ ਜਿਹੜੇ ਕੋਈ ਗੱਜੇ ਬਾਰਨ ਦਾਰਨ ਰਾਜ ਪੁੱਤਰ ਜਿਹੜੇ ਰਾਜ ਪੁੱਤਰ ਹੈ ਉਹ ਕਹਿੰਦੇ ਗੱਜਦੇ ਹੈ ਬਾਰਨ ਹਾਥੀਆਂ ਤੇ ਹਾਥੀ ਵੀ ਗੱਜਦੇ ਬੜੇ ਭਿਆਨਕ ਜਾਂ ਭਿਆਨਕ ਜਿਹੜੇ ਹਾਥੀ ਉਹਨਾਂ ਤੇ ਚੜੇ ਹੋਏ ਰਾਕਸ਼ਾਂ ਦੇ ਜਿਹੜੇ ਪੁੱਤਰ ਹਨ ਰਾਜਿਆਂ ਦੇ ਉਹ ਗੱਜਦੇ ਹੈ ਵੱਜੇ ਸੰਖ ਵੱਜੇ ਸੰਖ ਭੇਰੀ ਉੱਠੇ ਸੰਖ ਨਾਦੰ ਹਾਂ ਸੰਖ ਤੇ ਭੇਰੀਆਂ ਵੱਜਦੀਆਂ ਹਨ ਤੇ ਉਹ ਜਦੋਂ ਸੰਖ ਭੇਰੀਆਂ ਵੱਜਦੀਆਂ ਉਹਨਾਂ ਵਿੱਚੋਂ ਬੜਾ ਆਵਾਜ਼ਾ ਉੱਠਦਾ ਹੈ ਨਿਕਲਦਾ ਹੈ ਰਣੰਕਾ ਨਫੀਰੀ ਧੁਨੰ ਨਿਰਬਿਖਾਦੰ ਜਿਹੜੀਆਂ ਨਫੀਰੀਆਂ ਉਹ ਉੱਥੇ ਬੋਲਦੀਆਂ ਹਨ ਤੇ ਇਹਨਾਂ ਦੀ ਜਿਹੜੀ ਧਨੁਕੀ ਆਵਾਜ਼ ਹੈ ਇਹ ਨਿਰਬਿਖਾਦ ਹੈ ਇੱਕ ਰਸਤਾ ਹੈ ਕੋਈ ਉਹ ਜਿਹੜੀ ਆਵਾਜ਼ ਟੁੱਟਦੀ ਨਹੀਂ ਹੈ ਵੀ ਚਲੋ ਕਿਤੇ ਨਫੀਰੀ ਵੱਜਵੇ ਕਿਤੇ ਬੰਦ ਹੋ ਜਾਏ ਇੱਕ ਰਸ ਨਫੀਰੀਆਂ ਦੀ ਆਵਾਜ਼ ਹੋ ਰਹੀ ਹੈ ਜੰਗ ਵਿੱਚ ਕੜਕੇ ਕਿਰਪਾਨ ਸੜਕਾਰ ਸੇਲਾ ਹਾਂ ਜਦੋਂ ਕਿਰਪਾਨਾਂ ਕੜਕ ਰਹੀਆਂ ਹਨ ਸੇਲੇ ਸਰੜ ਸਰੜ ਕਰ ਰਹੇ ਹਨ ਉੱਠੀ ਕੂਹ ਜੂਹ ਭਈ ਰੇਲ ਪੇਲੰ ਬੜੀ ਕਹਿੰਦੇ ਕੂਕ ਕੂਕ ਉੱਠੀ ਹੈ ਤੇ ਬੜੀ ਧੱਕਮ ਧੱਕੀ ਹੋਈ ਹੈ ਸਮੂਹ ਉੱਥੇ ਰੁਲੇ ਤਛ ਮੁੱਛ ਗਿਰੇ ਚੌਰ ਚੀਰੰ ਕਈ ਕੱਟੇ ਵੱਡੇ ਹੋਏ ਉੱਥੇ ਰੁਲ ਰਹੇ ਹਨ ਕਈ ਚੌਰ ਤੇ ਇਸੇ ਤਰ੍ਹਾਂ ਜਿਹੜੇ ਕੋਈ ਚੀਰੇ ਹਨ ਉਹ ਦਸਤਾਰੇ ਜੇ ਡਿੱਗੇ ਪਏ ਹੈ ਚੌਰ ਜੇ ਡਿੱਗੇ ਪਏ ਹਨ ਕਹੂੰ ਹੱਥ ਮੱਥੰ ਕਹੂੰ ਬਰਮ ਬੀਰੰ ਚੌਰੀ ਚੀਰੇ ਹੋਏ ਚੌਰ ਜਿਹੜੇ ਚੀਰੇ ਹੋਏ ਡਿੱਗੇ ਪਏ ਕਹੂੰ ਹੱਥ ਮੱਥੰ ਕਈ ਆਪਣੇ ਕਹਿੰਦੇ ਹੱਥ ਮੱਥੇ ਤੇ ਮਾਰਦੇ ਆ ਵੀ ਆ ਕੀ ਭਾਣਾ ਵਰਤਿਆ ਹੈ ਕਹੂੰ ਬਰਮ ਬੀਰੋਂ ਕਈ ਸੂਰ ਵੀਰਾਂ ਨੇ ਇਸ ਤਰ੍ਹਾਂ ਸੰਜੋਆ ਪਹਿਨੀਆਂ ਹੋਈਆਂ ਆਪਣੇ ਸਰੀਰ ਤੇ ਜਿਹੜੀਆਂ ਜਾਲੀਦਾਰ ਲੋਹੇ ਦੀਆਂ ਕੁੜਤਾ ਜਿਹਾ ਹੁੰਦਾ ਉਹਨੂੰ ਸੰਜੋਗ ਕਹਿ ਦਿੰਦੇ ਆ ਇਸ ਤਰ੍ਹਾਂ ਇਹ ਸੂਰਬੀਰ ਜਿਹੜੇ ਦੈਂਤ ਹੈ ਉਹ ਦੇਵੀ ਨਾਲ ਲੜ ਪਿਰ ਰਹੇ ਵਾਰੀ ਵਾਰੀ ਆ ਕੇ ਕੁਝ ਪ੍ਰਸੰਗ ਬਾਕੀ ਹੈ ਜੰਗ ਯੁੱਧ ਦਾ ਰਹਿ ਗਿਆ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ ਹਜੇ ਠੀਕ ਸਮਾਪਤੀ ਹੈ ਜੀ ਕੜਕੇ ਕਿਰਪਾਨ ਸੜਕਾਰ ਸੇਲੰ ਉੱਠੀ ਕੂਹ ਜੂਹੰ ਭਈ ਰੇਲ ਪੇਲੰ ਰੁਲੇ ਤਛ ਮੁੱਛੰ ਗਿਰੇ ਚੌਰ ਚੀਰੰ ਕਹੂੰ ਹੱਥ ਮੱਥੰ ਕਹੂੰ ਬਰਮ ਬੀਰੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਵਟੇ ਹੇ ਗੋਵਿੰਦ ਹੇ ਗੁਣ ਨਿਦਾਨ ਜਾਂਕੇ ਸਦਾ ਵਵੇ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪੁਰੋ ਆਏ ਪ੍ਰਭ ਸ਼ਰਣਾਂਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਜੋ ਸਰਦਾ ਕਰ ਸੇਵਨ ਦੇ